अस्सलाम वालेकुम, मैं हां नवीद गसूरत सा यूट्यूब चैनल पे सराकी टॉक। पहले से तो बकरे दिखाए रहे हैं, देसी बकरे दिखाए, राजनपुर बकरे दिखाए। आज जैसे हैं मौजूद हैं वछने वाली मंडी है, तो रीना को पूछिंदे क्या सूरत है। अस्सलाम वालेकुम सर। वालेकुम सलाम। कितु आए चाचू? हेडमद आला। क्या कहन के आए वे? बस वछे ले आए। इना दे क्या रेट चल रहे पेन? इना दे रेट माशाल्लाह जी टाइम जड़े जड़ी सारी आस है तकरीबन 30,000 रुपये मन कतना खरीद के देन। इन टाइम सारे को तक 20,000 रुपये मांगने बड़े परेशानी है। कितने घेना आए तुसा? तकरीबन सा 22 जानवर घेना है। कितने ये चार बजे बताई खड़े हुए? बस तकरीबन सारे को इन टाइम 15 जानवर मौजूद खड़े हैं। अच्छा, साथ बेचे हुए। इनका क्या रेट है इस जड़ा बैठा है जानवर? इनका इस टाइम 1,40,000 रुपये करे खड़े हैं। 1,40,000। कितने किलो मन दो? तकरीबन 6.5 मन। ये घर देन या तुम व्यापारी वे? व्यापारी नाला। व्यापारी वे जी जी। करण घेना आवे एको ते खर्चा देने? वो कितना परला रत्ता कितना है? रत्ता तकरीबन इस टाइम 155 है। ठीक ठीक है। केड़ी नस्ल देन? ए सही वाल देसी है जनाब। ए भी सही वाल है जी? देसी, ये देसी है। अच्छा, ये देसी है। बाकी क्या है था लोग की घिनना ने बैन कोई सही रेट? इतना बिक्रा है को ना, व्यापारी जेड़े भिरा हैं सारे परेशान हैं, बड़ी परेशानी रहे। अच्छा, एक तो गर्मी तंग की थी, दूसरा कस्टमर तंग की थी, बाकी मंडी दी इंतजाम या हुकूमत वगैरह तो कुछ करनी आती भाई? बस उन्होंने मेहरबानी है, सारा कुछ ठीक है, लेकिन मौसम बहुत सख्त है जिंदी वजह से परेशान है। बिक्रा को नहीं होता भैया, जानवर नुकसान है पैन। ठीक ठीक यार जी। हाँ, बाकी इस अलावा कोई कहेंगे शहरी जीवन घिनना ने मैंने अखलाक वगैरह ठीक देने? माशाल्लाह उन्होंने मेहरबानी है, बड़े अखलाक ना प्यारे प्यार ना जानवर मांगते हैं, लेकिन जी चीज़ होंगी सारी 1.5 लाख दी 75,000 आके चलने दे। भला क्या गुजर दिए? बस असा उन्हें जाके दुआ करने क्या करूं? भला कोई ज्यादा कह नहीं नहीं, बस उन्होंने समझ नहीं आती भाई ये जानवर कितना दे, क्या क्या करना चाहिए। बस व्यापारी दी लोग है, व्यापारी बड़ा पैसा कमांदा है उन्होंने 24 घंटे। उन्होंने को तजर्बा चाहिए कि पठान जिम्मे एक चीज़ 100 रुपये दी 50 रुपया कहना चाहिए, ਇਹ ਵਾਲੇ ਤੋਂ ਸਾਲੇ ਉਹ ਅੱਧਾ ਰੇਟ ਲੈਣੇ ਸਾ ਕੋ। ਠੀਕ ਠੀਕ ਆ। ਬਸ ਫੁੱਲ ਛੁੱਲ ਪਵਾ ਖਣੋ ਨਾ, ਸ਼ਹਿਰੀ ਬਾਬੂ ਆਂਦੇ ਨਾ ਫੁੱਲ ਛੁੱਲ ਲੈ ਦੇਣ ਭਾਈ ਜਾਨ। ਅਸਾਂ ਇੱਕ ਸਾਦਗੀ ਲੋਗ ਆ, ਸਾਦੇ ਲੋਗ ਆ, ਅਸਾਂ ਕਿ ਜਾਨਵਰ ਨੂੰ ਸਹੀ ਤਰੀਕੇ ਜਿਹੜੀ ਦਿਖਾਉਣ ਕੋਈ ਹਿਸਾਬ ਕਿਤਾਬ ਨਹੀਂ ਭਾਈ ਜਾਨ। ਸਾਰੀ ਰਾਤ ਹੀ ਤੇ ਗਰਮੀ ਅੱਜ ਮਾਰਵੇ ਨੇ ਯਾਰ, ਲੈਟ ਦਿੱਤੀ ਹੈ ਕਈ ਟਾਈਮ, ਇੱਥੇ ਲੈਟ ਆਂਦੀ ਕਈ ਟਾਈਮ ਨਹੀਂ। ਪਾਣੀ ਦੀ ਬੜੀ ਤੰਗੀ ਹੈ। ਇੰਤਜ਼ਾਮੀਆਂ ਕੋਈ ਗੱਲ ਕੀਤੀ ਕਹਿੰਦੇ ਵੇ? ਇੰਤਜ਼ਾਮੀਆਂ ਕੋਈ ਗੱਲ ਕੀਤੀ, ਪਾਣੀ ਦੀ ਤੰਗੀ, ਪਾਣੀ ਮਿਲਦਾ ਨਹੀਂ ਇੱਥੇ ਯਾਰ। ਕਿਆ ਨਹੀਂ, ਕਿਆ ਵਜ੍ਹਾ ਹੈ? ਕੋਈ ਪੈਸੇ ਸ਼ੈਸੇ ਕਹਿੰਦੇ ਨਹੀਂ, ਮੰਗਦੇ ਖਣੇ ਨਹੀਂ ਜਾਂ ਦੇਂਦੇ ਨਹੀਂ ਵੇ? ਆਦੇ ਪੈਨ ਪੈਸੇ ਗਿੰਦੇ ਨੇ, ਕਿਆ ਗਿੰਦੇ ਪੈਸੇ ਗਿੰਨ ਗਿੰਨ ਪਾਣੀ ਤਾਂ ਦੇਵੇ ਨਹੀਂ ਤੇ। ਅੱਛਾ, ਤੂੰ ਉਸ ਸਾਈਡ ਤੇ ਤਾਂ ਕੂਲਰ ਲਗਾ, ਬੇ ਸਾਈਡ ਤੇ ਕੂਲਰ ਹੀ ਗਏ ਨੇ? ਤੇ ਕੂਲਰ ਹੀ ਕਹਿ ਨਹੀਂ, ਕੁਛ ਹੀ ਕਹਿ ਨਹੀਂ ਲੱਗੇ। ਬੜੀ ਵਾਰ ਤਾਂ ਪਰੇਸ਼ਾਨ ਹੈ, ਪਾਣੀ ਹੈ ਇੱਥੇ ਕਿਦਾਂ ਟੂਟੀ ਨਹੀਂ ਲੱਗੀ ਇਸ ਸਾਈਡ। ਅੱਛਾ ਅੱਛਾ, ਇੱਥੇ ਪੁਲਿਸ ਵਗੈਰਾ ਮੌਜੂਦ ਹੈ ਸਹੀ ਕਹਿ ਨਹੀਂ? ਇੱਥੇ ਕਹਿ ਨਹੀਂ, ਪਰਲੀ ਸਾਈਡ ਤੇ ਚੱਕਰ ਆ, ਚੱਕਰ ਲਾ ਮੈਂ ਦੀ। ਬਸ ਇੱਕ ਬੰਦਾ ਇੱਕ ਵੀਡੀਓ ਸਨੇ ਦੇ ਪੈਡ ਸੇ, ਉਹ ਇੱਕ ਬੰਦ ਲੋਗ ਹੈ ਸ਼ਹਿਰੀ, ਪੈਸੇ ਗਿਣ ਗਿਆ ਨਾ, ਨਕਲੀ ਦੇ ਕੇ ਚਲੇ ਗਿਆ ਤੇ ਮਾਲ ਗਿਣ ਕੇ ਚਲੇ ਗਿਆ। ਇੱਥੇ ਐਸਾ ਕੋਈ ਵਾਕਿਆ ਤਾਂ ਕਹਿ ਨਹੀਂ ਆ? ਅਸਾਂ ਤਾਂ ਨਹੀਂ ਸੁਣਾ ਇੱਥਾਂ ਪੂਰੀ ਨਹੀਂ, ਹਾਲੀ ਕੋਈ ਸੁਣੀ। ਚਲੋ ਬਾਅਦ ਚ ਕਰਿਆ ਤੁਸੀਂ ਵੀ, ਅਗਰ ਨਹੀਂ ਸੁਣਿਆ ਤਾਂ। ਕਿੱਥੋਂ ਆਏ ਤੁਸੀਂ ਸਾਹਿਬ? ਅੱਛਾ, ਮੁਲਤਾਨ ਦੇ ਤੱਲੇ ਕਰੇ ਹੀ ਲੱਗੇ ਮੈਨਾਂ। ਠੀਕ ਹੈ ਸਰ, ਮਿਹਰਬਾਨੀ। ਇਹ ਜਿਹੜਾ ਨਾ ਇਹ ਬੀਜ ਕੋ ਜਿਹੜਾ ਨਾ ਦੇਖੋ ਕਿ ਇਹਦੇ ਵਧਾਇਆ ਬੀਜ ਰਹਿੰਦੇ ਪੈਣ, 2.5 ਸਾਲ ਪਾਲ ਕੇ ਜਿਹੜਾ ਨਾ ਬੱਕਰੇ ਦੇ ਮੁੱਲ 'ਚ ਨਹੀਂ ਵਿਕਦੇ। ਤੇ ਕਿਤਨੇ ਨੇ ਤੁਸੀਂ ਕਹਿੰਦੇ ਆਏ ਇਹਨਾਂ ਕੋ? ਜੀ ਹਾਂ। ਤੇ ਕਿਹੜੀ ਨਸਲ ਦੇ ਨੇ? ਇਸ ਇੰਜ ਮੇ ਡੈਰੀ ਨਸਲ ਦੇ ਨੇ। ਅੱਛਾ, ਇਹ ਕਿਤਨੇ ਇੱਕ ਵਜ਼ਨ ਦੋ ਸੀ? ਇਹ ਉਸੇ ਡੂ ਮਾਣੀ ਨਹੀਂ ਥਿੰਦਾ ਪਿਆ। ਕਿਤਨੇ ਦਾ? ਕਿਤਨੇ ਦਾ? 45,000 ਰੁਪਏ ਦਾ ਬਣਦਾ ਘੜੇ ਡੂ ਮਾਣ ਦਾ। ਲੋਕ ਆ ਦੇਖਣੇ ਜਾਂ ਤੁਸੀਂ 45,000 ਮੰਗਦੇ ਘੜੇ? ਸਾਂ ਮੰਗਦੇ ਘੜੇ ਜੋ ਗਾਹਕ ਆਦੇ ਵੱਲ ਉਹਦੇ ਨਾਲ। ਵੈਸੇ ਤੁਸੀਂ ਹੈ ਕਿਤਨੇ ਦਾ? ਉਹ ਤਾਂ ਜਿਵੇਂ ਹੁੰਦਾ ਹੀ ਮੈਂ ਤਾਂ ਨਹੀਂ ਹੁੰਦਾ ਨਾ, ਮੁਨਾਸਬ ਜਿਹੜੇ ਪੈਸੇ ਹੁੰਦੇ ਨੇ ਉਹ ਕਰ ਗਿੰਦੇ, ਗਾਹਕ ਵੀ ਬੋਲਾ ਨਹੀਂ ਹੁੰਦਾ। ਬਾਕੀ ਬੀਜ ਤੇ ਜਿਹੜੇ ਤੁਸੀਂ ਵਧਾਇਆ ਦੀ ਵੇਂਦੀ ਪਈ ਹੈ ਗਵਰਨਮੈਂਟ, ਇਹਦੇ ਤੋਂ ਕੋਈ ਹਦਾਇਤ ਕਰਨੀ ਜੇ ਅਸਾਂ ਤਾਂ ਜੋੜਾ ਕੁਝ ਕਰੇ। 2.5 ਸਾਲ ਪਾਲ ਕੇ ਇਤਨਾ ਇੱਕ ਵਜ਼ਨ ਥਿੰਦਾ ਪਿਆ ਇੰਨਾ ਬੀਜ ਜਾਂਦਾ, ਤੇ ਜਿਹੜੇ 2.5 ਸਾਲ ਪਾਲ ਕੇ ਇਤਨੇ ਵੱਡੇ ਜਾਨਵਰ ਥੀ ਵੇਂਦੇ ਨੇ, ਤਾਂ ਬੱਕਰੇ ਦਾ ਮੁੱਲ ਥੀ। ਮਤਲਬ ਤੁਸੀਂ ਕਹਦੇ ਕੋਈ ਬੀਜ ਚੰਗਾ ਦੇਵੇ ਨਹੀਂ ਮੈਂ? ਆ ਤੇ ਹੁਣ ਅਸਲ ਕੋ ਸਾਰੇ ਨਾਲ ਧੋਖਾ ਕਰਨ ਨੇ ਤੁਸੀਂ ਆਖਰ ਸੋਚ ਸਮਝ ਕੇ ਨਾ ਕਿ ਦੱਸ ਬੀਜ ਯਾਰ। ਹੁਣ ਅਸਾਂ ਇਹ ਗੱਲ ਦੇ ਤਾਂ ਤਰਸੱਲਾ ਤਾਂ ਹਰ ਬੰਦਾ ਦੇ ਦਿੰਦੇ। ਤੁਸੀਂ ਘਰੇ ਘਰੇ ਪਾਲਣ ਜਾਂ ਵਪਾਰੀ ਵੇ? ਵਪਾਰੀ ਆ, ਬਾਜ਼ਾਰ ਤੋਂ ਕਿਤੇ। ਅੱਛਾ ਅੱਛਾ, ਠੀਕ ਠੀਕ ਯਾਰ। ਇਹ ਸਹੀਵਾਲ ਕਿਹੜੀ ਨਸਲ ਆਖੀ ਵੇ? ਇਹ ਡੈਰੇਨ। ਡੈਰੇਨ ਡੂ ਇੱਕ ਮਣ ਦੇ ਹੁਸਨ। ਔਰ ਇਸ ਤੋਂ ਇਲਾਵਾ ਇਹਨਾਂ ਦਾ ਰੇਟ ਕਿਤਨਾ ਮੰਗੇ ਵੀ ਗਾਹਕ ਤਾਂ 40-45,000 ਰੁਪਏ ਦੇ ਦੇ ਸੋ ਜੀ। ਠੀਕ ਠੀਕ ਯਾਰ। ਇਹ ਭਾਈ ਜਾਨ ਲੋਕ ਆ ਦੇਣ ਕੇ 60-70,000 ਦੇ ਬੱਚੇ ਘੱਟ ਮਿਲਦੇ ਨਹੀਂ ਪਏ ਇਹ ਭਾਈ ਜਾਨ ਨਸਲੀ ਆਦੇ। ਦੇਖੋ ਕਿ ਹੁਣ ਜਿਹੜਾ ਨਾ ਇਹਦਾ ਕੀ ਬਜ਼ਾਨੇ ਪਏ, ਇਹਨੇ ਕਿਆ ਸਾਕੋ ਗਾਹਕ ਨੇ ਪੈਸੇ ਦੇ ਹਮਨੇ ਇਵੇਂ ਗਿੰਦੇ ਵੀ ਨਹੀਂ ਪਏ ਇਹ ਭਾਈ ਜਾਨ। ਹਕੂਮਤ ਤੇ ਬੜੇ ਨਾਰਾਜ਼ ਸਾ ਖਣਨ, ਕਿਉਂਕਿ ਉਹਨਾਂ ਨੇ ਕੋ ਬੀਜਾ ਦਿੱਤਾ ਲਵਾਇਆ ਤੇ ਉਹਨਾਂ ਡਾਕਟਰਾਂ ਨੇ, ਪਰ ਮਾਸ਼ਾਅੱਲਾ ਡੰਗਰ ਖੜਨ ਤੇ 5-5 ਲੱਖ ਰੁਪਏ ਦੇ 4-4 ਉਹਨਾਂ ਦਾ ਹੁਸਨ ਵੀ ਹੈ, ਖੂਨ ਵੀ ਹੈ, ਬੀਜ ਵੀ ਮਾਸ਼ਾਅੱਲਾ ਤਕੜਾ ਹੈ ਪਿਆ। ਅੱਛਾ, ਇਹ ਬੀਜ ਹੈ ਕਿਹੜਾ ਜਿਹੜੇ ਆਦੇ ਪਏ? ਇਹ ਤਾਂ ਕੋ ਡੈਰੇ ਨੇ ਪਏ। ਡੈਰੇ ਫਜ਼ੂਲ ਹਨ,
बड़े खानदानी उच्चे माशाल्लाह सीन होने ना चलता देखो इंदा क्या है 2.5 साल है। ठीक है, मेहरबानी। ठीक है, शुक्रिया।